ਅਸਲਾਮ ਅਲੈਕਮ ਜੀ, ਅੱਜ ਜਨਾਬ ਤੁਹਾਨੂੰ ਚਿਕਨ ਲਸਣ ਬਿਰਿਆਨੀ ਬਣਾਉਣ ਦਾ ਤਰੀਕਾ ਦੱਸਣ ਲੱਗੇ ਹਾਂ। ਪਹਿਲੇ ਪਿਆਜ਼ ਲੈਣੇ ਭੁੰਨ ਜਨਾਬ ਕੜਾਹੀ ਦੇ ਵਿੱਚ, ਹੈ ਵੇਖ ਲਓ 1 ਕਿਲੋ ਚਿਕਨ ਲਿਆ ਜਨਾਬ ਮੈਂ, ਅਤੇ ਚਿਕਨ ਨੂੰ ਜਨਾਬ ਅੱਛੀ ਤਰ੍ਹਾਂ ਲੈਣਾ ਹੈ, ਵੇਖੋ ਨਾ ਮਿਕਸ ਕਰ ਲੈਣਾ ਪਿਆਜ਼ਾਂ ਦੇ ਵਿੱਚ, ਅੱਛੀ ਤਰ੍ਹਾਂ ਭੁੰਨ ਲੈਣਾ ਹੈ ਜਨਾਬ ਥੋੜ੍ਹਾ ਜਿਹਾ ਜਦੋਂ ਭੁੱਜ ਜਾਣ, ਉਸ ਤੋਂ ਬਾਅਦ ਫਿਰ ਢੱਕਣ ਲਾ ਦੇਣਾ, ਥੋੜ੍ਹਾ ਜਿਹਾ ਜ਼ਿਆਦਾ ਭੁੱਜ ਜਾਣ ਉਹਨੂੰ ਜਨਾਬ ਅੱਛੀ ਤਰ੍ਹਾਂ ਆਪਾਂ ਲੈਣਾ ਇਹਨੂੰ ਭੁੰਨ, ਅਤੇ ਫਿਰ ਇਹਦੇ ਵਿੱਚ 1 ਕਿਲੋ ਟਮਾਟਰ ਐਡ ਕਰ ਦੇਣੇ ਜਨਾਬ, ਉਹ ਵੀ ਜਨਾਬ ਜੀ ਇਹਦੇ ਵਿੱਚ ਜਿਹੜਾ ਹੈ ਨਾ ਅੱਛੀ ਤਰ੍ਹਾਂ ਭੁੰਨ ਲੈਣੇ ਆ, ਕਿ ਗਰੀਬੀ ਜਿਹੜੀ ਹੈ ਨਾ ਆਪਣੀ ਇੱਕ ਕਿਸਮ ਦੀ ਅੱਛੀ ਜੀ ਬਣ ਜਾਵੇ। ਆਪਾਂ ਸਾਲਣ ਤਾਂ ਨਹੀਂ ਬਣਾ ਰਹੇ, ਚਿਕਨ ਲਸਣ ਬਿਰਿਆਨੀ ਬਣਾ ਰਹੇ ਜਨਾਬ। ਇਹ ਵੇਖ ਲਓ ਮਸਾਲਿਆਂ ਲਾ ਜਾਓ, ਦੜਾ ਮਿਰਚ, ਦੂਸਰੀ ਮਿਰਚ, ਫਿਰ ਹੈ ਜਨਾਬ ਗਰਮ ਮਸਾਲਾ, ਫਿਰ ਨਮਕ, ਫਿਰ ਇਮਲੀ, ਫਿਰ ਉਸ ਤੋਂ ਬਾਅਦ ਜਨਾਬ ਹਰੀ ਮਿਰਚ ਆ ਗਈ। ਇਹ ਵੀ ਸਾਰਾ ਕੁਛ ਆਪਾਂ ਐਡ ਕਰ ਦੇਣਾ ਜਨਾਬ ਇਹਦੇ ਵਿੱਚ ਕੜਾਹੀ ਦੇ, ਇਹਨੂੰ ਵੀ ਅੱਛੀ ਤਰ੍ਹਾਂ ਜਿਹੜਾ ਨਾ ਜਨਾਬ ਭੁੰਨ ਲੈਣਾ। ਭੁੰਨੀ ਲਾਉਣ ਤੋਂ ਬਾਅਦ ਜਨਾਬ ਅੱਛੀ ਤਰ੍ਹਾਂ ਜਦੋਂ ਇਹ ਜ਼ਬਰਦਸਤ ਹੋ ਜਾਵੇ, ਫਿਰ ਆਪਣਾ ਅਗਲਾ ਪ੍ਰੋਸੀਜ਼ਰ ਆ ਜਾਣਾ ਜਨਾਬ ਜੀ ਪਾਣੀ ਦਾ। ਇਹ ਪਾਣੀ ਜਨਾਬ 1 ਕਿਲੋ ਚਾਵਲ ਵਾ, ਮੈਂ ਆਪਣੇ 1 ਕਿਲੋ ਚਾਵਲਾਂ ਦੇ ਹਿਸਾਬ ਨਾਲ ਪਾਣੀ ਜਨਾਬ ਜੀ ਐਡ ਕਰ ਰਿਹਾ, ਤੁਸੀਂ ਆਪਣੇ ਹਿਸਾਬ ਨਾਲ ਐਡ ਕਰ ਲੈਣਾ ਜਨਾਬ। ਇਹ ਪਾਣੀ ਦਿੱਤਾ ਇਹਦੇ 'ਚ ਪਾ, ਹੁਣ ਪਾਣੀ ਜਨਾਬ ਇਹਨੂੰ ਪੱਕਣ ਦੇਣਾ, ਅਤੇ ਅਗਲਾ ਪ੍ਰੋਸੀਜ਼ਰ ਆਪਣਾ ਆ ਗਿਆ 1 ਕਿਲੋ ਲਸਣ ਆ ਜਨਾਬ, 1 ਕਿਲੋ ਚਾਵਲ, 1 ਕਿਲੋ ਲਸਣ, ਇਹ ਅਸਲ ਚੀਜ਼ ਜਨਾਬ। ਇਹ ਦੇਖ ਰਹੇ ਹਾਂ ਜਨਾਬ 1 ਕਿਲੋ ਲਸਣ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ। ਇਹ ਜਦੋਂ ਪਾਣੀ ਪਾਉਣਾ ਉਸ ਤੋਂ ਬਾਅਦ ਪਾਉਣਾ ਵਾ, ਪਹਿਲੇ ਭੁੰਨੀ ਲਾਈਏ ਤਾਂ ਸਾਰਾ ਦਗੜ ਮਗੜ ਹੋ ਜਾਣਾ, ਇਸ ਵਾਸਤੇ ਅਸੀਂ ਜਿਹੜਾ ਨਾ ਜਦੋਂ ਪਾਣੀ ਪਾਉਣਾ ਉਸ ਤੋਂ ਬਾਅਦ ਲਸਣ ਪਾਉਣਾ, ਕਿ ਸਾਡਾ ਲਸਣ ਖੁਰੇ ਵੀ ਨਾ ਉਹਦੇ ਵਿੱਚ। ਇਹ ਜਨਾਬ ਇਹਨੂੰ ਅਸੀਂ ਪਾਣੀ ਨੂੰ ਦਿੱਤਾ ਹੁਣ ਪੱਕਣ ਵਾਸਤੇ, ਫਿਰ ਉਸ ਤੋਂ ਬਾਅਦ ਜਨਾਬ ਇਹ ਵੇਖ ਲਓ ਬੋਇਲ ਹੋ ਰਿਹਾ ਨਾ, ਫਿਰ ਉਸ ਤੋਂ ਬਾਅਦ ਹਾਈ ਫਲੇਮ ਕਰਕੇ, ਫਿਰ ਇਹ ਜਿਹੜਾ ਚਾਵਲ ਵੇਰੇ ਇੱਦਾਂ ਹੱਥ ਨਹੀਂ ਮਾਰਨਾ ਚਾਵਲਾਂ ਦੇ ਵਿੱਚ, ਉਹ ਚਾਵਲ ਜਾਂਦੇ ਟੁੱਟ, ਅੱਛੀ ਤਰ੍ਹਾਂ ਜਨਾਬ ਇਹਦਾ ਪਾਣੀ ਅਸੀਂ ਨਿਚੋੜ ਲੈਣਾ ਚਾਵਲਾਂ ਦਾ। ਇਹ ਵੇਖੋ ਪਾਣੀ ਨਿਚੋੜਨ ਤੋਂ ਬਾਅਦ, ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੀਜ਼ਰ ਹੈ ਆਪਣਾ, ਇਹ ਵੇਖ ਲਓ ਪਾਣੀ ਖੁਸ਼ਕ ਹੋ ਗਿਆ। ਅੱਛਾ ਜੀ, ਇਹ ਪਾਣੀ ਜਿਹੜਾ ਨਾ ਆਪਣਾ ਅੱਛੀ ਤਰ੍ਹਾਂ ਬੋਇਲ ਹੋ ਗਿਆ, ਫਿਰ ਉਸ ਤੋਂ ਬਾਅਦ ਅਸੀਂ ਐਡ ਕਰ ਦੇਣੇ ਇਹਦੇ ਵਿੱਚ ਚਾਵਲ, 1 ਕਿਲੋ ਚਾਵਲ ਜਿਹੜੇ ਅਸੀਂ ਭੇਜ ਕੇ ਰੱਖੇ ਹੋਏ ਸੀਗੇ ਜਨਾਬ, ਇਹ ਅਸੀਂ ਇਹਦੇ ਵਿੱਚ ਕਰ ਦਿੱਤੇ ਐਡ। ਐਡ ਕਰਨ ਤੋਂ ਬਾਅਦ ਜਨਾਬ ਜੀ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਛੀ ਤਰ੍ਹਾਂ ਮਿਕਸ ਕਰ ਲੈਣਾ, ਮਿਕਸ ਕਰਨ ਤੋਂ ਬਾਅਦ ਜਨਾਬ ਅਸੀਂ ਇਹਦਾ ਪਾਣੀ ਲੈਣਾ ਖੁਸ਼ਕ ਕਰ, ਜਿਹੜਾ ਹੈ ਅਰਬੀ ਨਾ ਪਾਣੀ ਜ਼ਿਆਦਾ ਹਾਈ ਫਲੇਮ ਕਰਕੇ ਨਾ ਇਹਨੂੰ ਨਾਰਮਲ ਕਰ ਲੈਣਾ, ਪਾਣੀ ਹੋ ਗਿਆ ਖੁਸ਼ਕ, ਫਿਰ ਉਸ ਤੋਂ ਬਾਅਦ ਆਪਣੀ ਅਗਲਾ ਜਿਹੜਾ ਹੈ ਜਨਾਬ ਦਮ ਦਾ ਪ੍ਰੋਸੀਜ਼ਰ ਆ ਗਿਆ। ਇਹਨੂੰ ਜਨਾਬ ਜੀ ਇਹ ਵੇਖ ਰਹੇ ਜਨਾਬ ਅੱਛੀ ਤਰ੍ਹਾਂ ਪਾਣੀ ਖੁਸ਼ਕ ਹੋ ਗਿਆ, ਪੌਣਾ ਪਹਿਲੇ ਮੈਂ ਭੇਜ ਕੇ ਰੱਖ ਲਿਆ ਸੀਗਾ, ਇਹ ਪੌਣਾ ਲਗਾ ਤਾ, ਇਹ ਦਮ ਲਗਾ ਦਿੱਤਾ ਹੁਣ ਇਹਦਾ, ਹੁਣ ਅਸੀਂ 25 ਮਿੰਟ ਜਨਾਬ ਜੀ ਨਾ ਇਹਨੂੰ ਦਮ ਲਾ ਦਿੱਤਾ। ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜਨਾਬ, ਅਤੇ ਕੋਈ ਨਹੀਂ ਕੋਈ ਮਰੇਪ ਆਉਂਦੀ ਵੀ ਅੱਲਾ ਮਾਫ਼ ਕਰੇ, ਅਤੇ ਕਮੈਂਟ ਬਾਕਸ ਵਿੱਚ ਆਪਣਾ ਇਜ਼ਹਾਰ ਵੀ ਦਿੱਤਾ ਕਰੋ। ਲੋ ਫਲੇਮ ਵਿੱਚ ਲਾ ਤਾ, ਅਤੇ 25 ਮਿੰਟ ਤੋਂ ਬਾਅਦ ਫਿਰ ਜਨਾਬ ਅਸੀਂ ਇਹਨੂੰ ਚੈੱਕ ਕਰਨ ਲੱਗੇ। ਇਹ ਵੇਖੋ ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਵੇਖ ਸਕਦੇ ਕੈਸੀ ਚਿਕਨ ਲਸਣ ਬਿਰਿਆਨੀ ਤਿਆਰ ਹੋਈ ਆ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਇਕੱਲਾ ਇਕੱਲਾ ਚਾਵਲ, ਫਿਰ ਕੋਈ ਇਹ ਨਹੀਂ ਹੈ ਜਨਾਬ ਜੀ ਵੀ ਜੁੜਿਆ ਹੋਇਆ ਪਾਣੀ ਉਹਦੇ 'ਚ ਰਹਿ ਗਿਆ, ਤੁਸੀਂ ਤਸੱਲੀ ਨਾਲ ਦੇਖ ਸਕਦੇ ਵੀਡੀਓ ਦੇ ਵਿੱਚ। ਲਸਣ ਵੇਖ ਲਓ ਕਿੱਦਾਂ ਜਨਾਬ ਨਜ਼ਰ ਆ ਰਿਹਾ, ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਦਿਖਾਉਂਦੇ ਹਾਂ ਜਨਾਬ, ਵੇਖੋ ਵੀ ਲਸਣ ਜਿਹੜਾ ਹੈ ਨਾ ਕਿੰਨਾ ਅੱਛਾ ਜਨਾਬ, ਇਹ ਵੇਖੋ ਗਲ ਗਿਆ ਹੋਇਆ ਕਿੰਨਾ ਜ਼ਬਰਦਸਤ, ਲਓ ਜੀ ਵੇਖੋ ਕਿੰਨਾ ਗਲ ਗਿਆ ਹੋਇਆ ਲਸਣ, ਬਹੁਤ ਜ਼ਬਰਦਸਤ ਹੈ। ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਅਤੇ ਜਨਾਬ ਇਹ ਹੁਣ ਆਪਣਾ ਅਗਲਾ ਪ੍ਰੋਸੀਜ਼ਰ ਆ ਗਿਆ ਚੈੱਕ ਕਰਨ ਦਾ ਜਨਾਬ, ਲਓ ਜੀ ਅਸੀਂ ਚੈੱਕ ਕਰਨ ਲੱਗੇ, ਇੱਕ ਦਹੀਂ ਭੱਲੇ ਥੋੜ੍ਹੇ ਜਿਹੇ ਲੈ ਨਾਲ ਜਨਾਬ, ਇਹ ਵੇਖੋ ਲਓ ਜੀ ਮਾਸ਼ਾਅੱਲਾ ਜੀ ਕਿਆ ਬਾਤ ਆ, ਕੋਈ ਟੇਸਟ ਆਇਆ ਜਨਾਬ ਜ਼ਬਰਦਸਤ, ਇਹ ਦੇਖ ਸਕਦੇ ਜਨਾਬ ਲਸਣ ਹੀ ਲਸਣ, ਲਸਣ ਇਸ ਲਈ ਪਾਇਆ ਜਨਾਬ ਜ਼ਬਰਦਸਤ। ਆਹ ਲਓ ਜੀ ਪਵਾਵਾਂ ਜੀ ਯਾਦ ਰੱਖਣਾ।